ਗੱਡੀ ਘੇਰ ਲਈ ਕੁੜੀ ਨੇ ਗੱਡੀ ਖਰਾਬ ਹੋ ਗਈ ਕੁੜੀ ਨੇ ਉੱਥੇ ਰੌਲਾ ਪਾਇਆ ਮੁੰਡੇ ਨੂੰ ਲਾਇਆ ਗੱਡੀ ਚ ਵੀ ਮੇਰੇ ਨਾਲ ਕੀ ਧੋਖਾ ਖੇਡਿਆ ਫੁੱਲਾਂ ਨਾਲ ਸ਼ਿੰਗਾਰੀ ਖੜੀ ਡੋਲੀ ਵਾਲੀ ਕਾਰ ਦੀਆਂ ਤਸਵੀਰਾਂ ਮੋਗਾ ਦੇ ਲੁਧਿਆਣਾ ਬਾਈਪਾਸ ਦੀਆਂ ਨੇ ਤੇ ਇਸ ਡੋਲੀ ਵਾਲੀ ਕਾਰ ਚ ਜਿਹੜਾ ਮੁੰਡਾ ਲਾੜੇ ਦੇ ਕੱਪੜਿਆਂ ਚ ਸੱਜ ਕੇ ਸਿਰ ਤੇ ਸਿਹਰਾ ਬੰਨ ਕੇ ਮੋਗੇ ਤੋਂ ਕੋਟਕਪੂਰੇ ਬਰਾਤ ਲੈ ਕੇ ਚੱਲਿਆ ਸੀ ਉਸਦੇ ਧੋਖੇ ਦੀ ਪੋਲ ਉਸ ਸਮੇਂ ਖੁੱਲ ਗਈ ਜਦ ਡੋਲੀ ਵਾਲੀ ਕਾਰ ਉਸੇ ਥਾਂ ਜਾ ਕੇ ਖਰਾਬ ਹੋ ਗਈ ਜਿੱਥੇ ਉਸਦੀ ਪ੍ਰੇਮਿਕਾ ਕੰਮ ਕਰਦੀ ਸੀ ਜਿਸ ਨਾਲ ਡੋਲੀ ਵਾਲੀ ਕਾਰ ਚ ਬੈਠੇ ਲਾੜੇ ਨੇ ਉਮਰਾ ਦਾ ਸਾਥ ਦੇਣ ਦੀਆਂ ਕਸਮਾਂ ਖਾ ਕੇ ਕਰੋਨਾ ਕਰਫਿਊ ਤੋਂ ਬਾਅਦ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ ਜਦ ਆਪਣੇ ਪ੍ਰੇਮੀ ਨੂੰ ਪ੍ਰੇਮਿਕਾ ਨੇ ਸਿਹਰਾ ਬੰਨ ਕੇ ਡੋਲੀ ਵਾਲੀ ਕਾਰ ਚ ਬੈਠਾ ਦੇਖਿਆ ਤਾਂ ਉਸਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਤੇ ਉਸਨੇ ਰੌਲਾ ਪਾ ਕੇ ਹੋਰ ਲੋਕ ਇਕੱਠੇ ਕਰ ਲਏ ਤੇ ਦੇਖਦੇ ਹੀ ਦੇਖਦੇ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਕੱਪੜੇ ਪਾੜ ਦਿੱਤੇ ਸਿਹਰੇ ਵਾਲੀ ਪੱਗ ਲਾ ਕੇ ਕਾਰ ਚ ਸੁੱਟ ਦਿੱਤੀ ਤੇ ਕਾਰ ਤੇ ਲੱਗੇ ਫੁੱਲ ਵੀ ਉਤਾਰ ਦਿੱਤੇ ਤਸਵੀਰਾਂ 'ਚ ਤੁਸੀਂ ਵਿਆਹ ਵਾਲੇ ਮੁੰਡੇ ਦੀ ਸਿਹਰੇ ਵਾਲੀ ਪੱਗ ਕਾਰ 'ਚ ਪਈ ਸਾਫ਼ ਦੇਖ ਸਕਦੇ ਹੋ ਮਾਮਲੇ ਦੀ ਜਾਣਕਾਰੀ ਦਿੰਦਿਆਂ ਕੁੜੀ ਦੀ ਮਾਂ ਨੇ ਕੀ ਕਿਹਾ ਆ ਤੁਸੀਂ ਜਰਾ ਆਪ ਹੀ ਸੁਣ ਲਓ ਮਸਲਾ ਜੀ ਇਹਨਾਂ ਨੇ ਸਾਡੇ ਨਾਲ 5 ਤਰੀਕ ਦਾ ਪਿਛਲੀ 5 ਤਰੀਕ ਦਾ ਇਹਨਾਂ ਨੇ ਦਿਨ ਬੰਨੇ ਸੀਗੇ ਸਾਡੇ ਨਾਲ ਹੀਰਾ ਫੇਰੀ ਕਰਕੇ ਵੀ ਹੋਰ ਥਾਂ ਵਿਆਹੁਣ ਚੱਲਿਆ ਸੀ ਮੁੰਡਾ ਹੈਗਾ ਵਾਰੰਟੀਨ ਕੇ ਖੋਸਿਆ ਦਾ ਅੱਜ ਬਸ ਇਹ ਇਕੱਠੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੀ ਗੱਡੀ ਖਰਾਬ ਹੋ ਗਈ ਬੇਟੀ ਕੰਮ ਤੇ ਚੱਲੀ ਸੀ ਸਕੂਟਰੀ ਤੇ ਉਹਨੂੰ ਤਾਂ ਆਉਂਦਾ ਸੀ ਮੈਂ ਰੌਲੇ ਦਾ ਕਰਕੇ ਸੁੱਟੀਆਂ ਲਈਆਂ ਵਾ ਤੇ ਇਹਨੇ ਅੱਜ ਵਿਆਹੁਣ ਚੱਲਿਆ ਸੀ ਕੁੜੀ ਨੇ ਉੱਥੋਂ ਮੁੱਦਾ ਵੇਖ ਲਿਆ ਇਹਦਾ ਅੱਛਾ ਜੀ ਬਸ ਉੱਥੇ ਇਹਨਾਂ ਦਾ ਰੌਲਾ ਵਿਆਹੁਣ ਚੱਲਿਆ ਸੀ ਵਿਆਹੁਣ ਕੋਟਕਪੂਰੇ ਅੱਛਾ ਜੀ ਸਾਡੇ ਨਾਲ ਵਾਅਦਾ ਕੀਤਾ ਸੀ ਵਿਆਹ ਕਲਪੂ ਖੁੱਲ ਜਾਂਦੇ ਮੈਂ ਵਿਆਹ ਬਾਅਦ 'ਚ ਲੈ ਲੂੰ ਠੀਕ ਹੈ ਗੱਲ ਬਸ ਆਹੀ ਵੀਰੇ ਗੱਡੀ ਘੇਰ ਲਈ ਕੁੜੀ ਨੇ ਗੱਡੀ ਖਰਾਬ ਹੋ ਗਈ ਕੁੜੀ ਨੇ ਉੱਥੇ ਰੌਲਾ ਪਾਇਆ ਮੁੰਡੇ ਨੂੰ ਲਾਇਆ ਗੱਡੀ 'ਚੋਂ ਵੀ ਮੇਰੇ ਨਾਲ ਕੀ ਧੋਖਾ ਖੇਡਿਆ ਮੰਗ ਹੁਣ ਜਿਵੇਂ ਬੇਟੀ ਵਿਚਾਰੀ ਚਾਹੂਗੀ ਉਵੇਂ ਮੰਗ ਵੀਰੇ ਮੈਂ ਤਾਂ ਬੇਟੀ ਦੇ ਨਾਲ ਬੰਦਾ ਮੇਰੇ ਨਹੀਂ ਸਿਰ ਤੇ 15 ਸਾਲ ਹੋ ਗਏ ਮੈਨੂੰ ਨਰਕ ਭੋਗਦੀ ਨੂੰ ਜੋ ਕੁੜੀ ਸਾਡੀ ਕਹੂਗੀ ਉਹੀ ਹੋਊਗਾ ਜਦ ਇਹ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਪਾਰਟੀ ਤੁਰੰਤ ਉਸ ਥਾਂ ਪਹੁੰਚੀ ਜਿੱਥੇ ਪ੍ਰੇਮਿਕਾ ਆਪਣੇ ਪ੍ਰੇਮੀ ਦਾ ਜਲੂਸ ਕੱਢ ਰਹੀ ਸੀ ਜਿਸ ਦੇ ਬਾਅਦ ਪੁਲਿਸ ਦੋਵਾਂ ਨੂੰ ਥਾਣੇ ਲੈ ਗਈ ਮਾਮਲੇ ਬਾਰੇ ਜਾਂਚ ਅਧਿਕਾਰੀ ਦਾ ਕੀ ਕਹਿਣਾ ਹੈ ਤੁਸੀਂ ਜਰਾ ਉਹ ਵੀ ਸੁਣ ਲਓ ਇਹਦੇ ਬਾਰੇ ਦਿਓ ਜਾਣਕਾਰੀ ਜਿਹੜਾ ਕੁੜੀ ਵੱਲੋਂ ਕੀ ਇਹ ਸ਼ਿਕਾਇਤ ਕੀ ਸੀ ਤੇ ਕੀ ਕਾਰਵਾਈ ਹੈ ਇੱਕ ਲੜਕੀ ਜਾ ਪਸੀ ਜਸਪ੍ਰੀਤ ਕੌਰ ਜੀ ਉਹਦੇ ਵਿੱਚ ਗਿਆ ਸੀ ਉਹਦਾ ਇੱਕ ਪ੍ਰੇਮ ਸੰਬੰਧ ਚੱਲਦੇ ਸੀ ਕਿਸੇ ਮੁੰਡੇ ਨਾਲ ਖੋਸਾ ਪੰਡ ਦਾ ਰਹਿਣ ਵਾਲਾ ਸੀਗਾ ਜੀ ਜਸਵੀਰ ਸਿੰਘ ਨਾਂ ਸੀ ਉਹਦਾ ਉਹ ਇਹਦੇ ਬਿਨਾਂ ਮਰਜ਼ੀ ਤੋਂ ਪਹਿਲਾਂ ਇਹਦੇ ਨਾਲ ਇੰਗੇਜਮੈਂਟ ਕੀਤੀ ਸਾਰਾ ਉਹ ਕਰਤਾ ਇਹ ਤੋਂ ਬਿਨਾਂ ਉਹ ਵਿਆਹ ਕਿਤੇ ਹੋਰ ਕਰਾਉਣ ਲੱਗਾ ਸੀਗਾ ਅਤੇ ਅਚਾਨਕ ਜਦੋਂ ਰਾਤ ਜਾਣ ਲੱਗੇ ਤਾਂ ਉਹਨਾਂ ਦੀ ਉਹਨਾਂ ਦੀ ਗਲੀ ਦੇ ਵਿੱਚ ਹੀ ਆ ਕੇ ਜਿੱਥੇ ਕੰਮ ਇਕੱਠੇ ਕਰਦੇ ਸੀ ਉੱਥੇ ਹੀ ਗੱਡੀ ਖਰਾਬ ਹੋ ਗਈ ਉਹਨਾਂ ਦੀ ਉਹ ਜਦੋਂ ਗੱਡੀ ਖਰਾਬ ਦੇ ਲੋਕ ਇਕੱਠੇ ਹੋਏ ਤਾਂ ਉਹ ਕੁੜੀ ਨੂੰ ਪਤਾ ਲੱਗਾ ਵੀ ਜਿਹੜੇ ਨਾਲ ਮੇਰਾ ਇੰਗੇਜਮੈਂਟ ਸਾਧਾਰਨ ਸੰਬੰਧ ਚੱਲਦੇ ਸੀ ਪਹਿਲਾਂ ਅਤੇ ਉਹ ਉਹੀ ਕਿਤੇ ਹੋਰ ਵਿਆਹ ਕਰਾਉਣ ਚੱਲਿਆ ਅਤੇ ਉਹਦੇ ਨਾਲ ਹੀ ਉਹਨੇ ਰੌਲਾ ਪਾ ਕੇ ਸਾਨੂੰ ਸ਼ਿਕਾਇਤ ਕੀਤੀ ਅਤੇ ਅਸੀਂ ਮੌਕੇ 'ਤੇ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਜਦੋਂ ਇਹਨਾਂ ਦੇ ਆਵਾਜ਼ ਬਾਅਦ 'ਚ ਮਾਂ ਪਿਓ ਵੀ ਆ ਗਏ ਅਤੇ ਉਹਨਾਂ ਦੇ ਮੋਹਤਬਾਰ ਬੰਦਿਆਂ ਨੇ ਆ ਕੇ ਵਿੱਚ ਰਾਜੀਨਾਮਾ ਕਰਾ ਕੇ ਇਹਨਾਂ ਇਸੇ ਮੁੰਡੇ ਨੇ ਉਸੇ ਕੁੜੀ ਦਾ ਵਿਆਹ ਹੋ ਗਿਆ ਅੱਛਾ ਗੁਰਦੁਆਰੇ ਫੇਰੇ ਹੋਏ ਜੀ ਹਾਂਜੀ ਬਾਅਦ 'ਚ ਉਹ ਜੁਮੇ ਸਾਥੋਂ ਲੈ ਗਏ ਸੀ ਬਾਅਦ 'ਚ ਫੇਰੇ ਉਹਨੇ ਗੁਰਦੁਆਰਾ ਸਾਹਿਬ ਕੀਤੀ ਅਤੇ ਕੁੜੀ ਦੇ ਪਹਿਲਾਂ ਵੀ ਵਿਆਹ ਹੋਏ ਵੀ ਜੀ ਕੁੜੀ ਦਾ ਪਹਿਲਾਂ 2 ਵਿਆਹ ਹੋਏ ਸੀ ਅਤੇ ਮੁੰਡਾ ਕੱਲ੍ਹ ਬਰਾਤ 'ਤੇ ਚੱਲਾ ਸੀਗਾ ਵਿਆਹ ਕਰਾਉਣ ਨਹੀਂ ਉਹ ਮੁੰਡਾ ਤਾਂ ਬਰਾਤ ਲੈ ਕੇ ਚੱਲਿਆ ਸਮਝ ਲਓ ਪਰ ਤੁਰਨ ਲੱਗਾ ਹੀ ਸੀ ਅਜੇ ਉਹ ਕੁਦਰਤੀ ਆ ਕੇ ਗੱਡੀ ਉਹਦੇ ਬਾਹਰ 'ਚ ਖਰਾਬ ਹੋ ਜਿੱਥੇ ਕੰਮ ਕਰਦੇ ਉੱਥੇ ਇੱਕੋ ਥਾਈ ਕੰਮ ਕਰਦੇ ਸੀ ਦੋਨੇ ਇਹ ਮੁੰਡਾ ਸਕਿਉਰਟੀ ਗਾਰਡ ਦਾ ਕੰਮ ਕਰਦਾ ਸੀ ਕੁੜੀ ਘਰਾਂ 'ਚ ਸਫਾਈ ਦਾ ਕੰਮ ਕਰਦੀ ਅਤੇ ਵਿਆਹ ਕਿੱਥੇ ਕਰਾਉਣ ਚੱਲਾ ਸੀਗਾ ਜੀ ਇਹ ਕੋਟਕਪੂਰੇ ਚੱਲਿਆ ਸੀ ਅਤੇ ਕੁੜੀ ਉੱਧਰੋਂ ਜਿਹੜੇ ਜਿੱਥੇ ਵਿਆਹ ਕਰਾਉਣ ਚੱਲਾ ਸੀ ਉਹਨਾਂ ਦੇ ਕੋਈ ਆਇਆ ਉਹਨਾਂ ਦਾ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਜੀ ਸਾਡੇ ਲੋ ਇਸੇ ਕੁੜੀ ਦੀ ਕੰਪਲੇਂਟ ਸੀ ਪਰ ਇਹਨਾਂ ਜਿਹੜੇ ਮੋਹਤਬਾਰ ਬੰਦੇ ਸੀ ਉਹਨਾਂ ਨੇ ਸਾਨੂੰ ਆਪਣੇ ਤੌਰ 'ਤੇ ਪੰਚਾਇਤੀ ਰਾਜਨਾਮਾ ਲਿਖ ਕੇ ਦੇਤਾ ਵੀ ਅਸੀਂ ਇਹਨਾਂ ਦਾ ਆਪਸ ਵਿੱਚ ਹੀ ਵਿਆਹ ਕਰਾਂਗੇ ਅਤੇ ਵਿਆਹ ਹੋ ਗਿਆ ਜੀ ਉਹਨਾਂ ਦਾ ਵਿਆਹ ਹੋ ਗਿਆ ਜੀ ਜਾਂਚ ਅਧਿਕਾਰੀ ਮੁਤਾਬਕ ਦੋਵੇਂ ਧਿਰਾਂ ਵੱਲੋਂ ਆਈਆਂ ਪੰਚਾਇਤਾਂ ਨੇ ਦੋਵੇਂ ਧਿਰਾਂ ਦਾ ਰਾਜੀਨਾਮਾ ਕਰਵਾਇਆ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਜਿਸ ਦੇ ਬਾਅਦ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ ਤੇ ਗੁਰਦੁਆਰਾ ਸਾਹਿਬ 'ਚ ਵਿਆਹ ਕਰਵਾਉਣ ਮੌਕੇ ਬੈਠੇ ਪ੍ਰੇਮੀ ਪ੍ਰੇਮਿਕਾ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਸਾਫ਼ ਦੇਖ ਸਕਦੇ ਹੋ ਵਿਆਹ ਦੇ ਬਾਅਦ ਕੁੜੀ ਖੁਸ਼ੀ ਖੁਸ਼ੀ ਆਪਣੇ ਪਤੀ ਨਾਲ ਸਹੁਰੇ ਘਰ ਚਲੀ ਗਈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਹਰਪ੍ਰੀਤ ਮੈਰੋਂ ਦੀ ਰਿਪੋਰਟ